ਪ੍ਰੀਮੀਅਰ ਠੀਕ ਹੈ ਜਾਨੀ 15-15 ਪੁਆਇੰਟਾਂ ਦੇ ਮੈਚ ਹੋਣ ਗਏ ਜਿਹੜੇ ਆ ਰਾਊਂਡ ਦੇ ਮੈਚ ਹੋਣ ਗਏ ਕਰੋ ਸ਼ੇਅਰ ਬਣਾ ਕੇ ਵੀਰਾਂ ਦੇ ਜਿਹੜੇ ਫੈਸਲੇ ਨੇ ਬਾਹਰ ਨਹੀਂ ਕਿਤੇ ਰਾਈਟ ਬਾਰ ਮੱਲੂ ਨੇ ਪਹਿਲਾ ਨੰਬਰ ਜੋੜਤਾ ਬਾਈ ਮੁੰਡਿਆਂ ਨੇ ਜੋੜ ਦਿੱਤਾ ਨੰਬਰ 1 ਹੋ ਗਿਆ ਬੰਗੀ ਦਾ ਮੱਲੂ ਨੇ ਪਹਿਲਾ ਨੰਬਰ ਜੋੜਤਾ ਵੀ ਟੱਕਰ ਹੋ ਗਈ ਸ਼ੇਰਾਂ ਦੀ ਖੜ ਕੇ ਵੇਖੇ ਕੁੱਲ ਜਵਾਨਾ ਮੈਚ ਦੇ ਕੰਮ ਕੋਈਓ ਜਿੱਤਣਗੇ ਜਿਨ੍ਹਾਂ ਦੇ ਡੌਲਿਆਂ ਗੁੱਟਾ ਪੱਟਾਂ ਦੇ ਵਿੱਚ ਹਾਰ ਵਾਕਿਆ ਕੋਈ ਨਹੀਂ ਜਿੱਤਣਾ ਜੀ ਦੇ ਪੱਟਾਂ 'ਚ ਜਾਣਾ ਜੀ ਦੇ ਖੇਤਾਂ 'ਚ ਜਾਣਾ ਪਰ ਚੰਦ ਬਾਦੇ ਵਾਲੇ ਜਿਵੇਂ ਉਹ ਕਦੇ ਜਾੜੀ ਦਰਿਆ ਦੇਖੋ ਚੱਲ ਬਣ ਕਰਦਾ ਮੁੰਡੇ ਦਾ ਉਹ ਖੇਡਦੇ ਗਰਾਊਂਡਾਂ 'ਚ ਵੱਡੇ ਚਰਚੇ ਆ ਵੱਡੇ ਬਲ ਦੇ ਚੰਦ ਬਾਦੇ ਵਾਲਾ ਜਦੋਂ ਬਾਲ ਦੇ ਆਉਂਦਾ ਨਾ ਅੱਧਿਆਂ ਨੇ ਸਾਹ ਸੁੱਕ ਜਾਂਦੇ ਆ ਬਣਾ ਕਦੇ ਪਤਲਾ ਜਾ ਸਰੀਰਾ ਮੁੰਡੇ ਦਾ ਵਾਧੂ ਮਾਸ ਨਹੀਂ ਪਿੰਡੇ ਦੇ ਕਰੀਓ ਕਰੀਓ ਛੇੜਦਾਰੇ ਭਰਾ ਭਾਈ ਤਗੜਾ ਮੈਚ ਆ ਉਹ ਦੁਨੀਆ ਦਾ ਵੱਡਾ ਵਾਲਾ ਜਿਹੜੇ ਮੁੰਡੇ ਨੇ ਹੁਣ ਆਪਣੀ ਟੀਮ ਦੇ ਲਈ ਟੌਪ ਦਾ ਮੈਚ ਆ ਮੁੰਡਿਓ ਕਰ ਦਿਓ ਛੇੜਦਾਰੇ ਭਰਾ ਉਹ ਦੁਨੀਆ ਦਾ ਮਹਾਨ ਖਿਡਾਰੀ ਗੋਪੀ ਗਲਤੀ ਕਰ ਗਿਆ ਬੰਗੀ ਵਾਲਾ ਦੇ ਪਾਸੇ ਸੈਂਟਰ 'ਚ ਝੋਟੇ ਵਾਲੀ ਦਾ ਮੰਨੂ ਆ ਚਿੱਟੀ ਉਹ ਕਹਿੰਦੇ ਟੀ ਸ਼ਰਟ ਪਾਈ ਆ ਮੁੰਡੇ ਦੇ ਨਾਲ ਗੋਪੀ ਬੰਗੀ ਵਾਲੇ ਨੂੰ ਕੌਣ ਨਹੀਂ ਜਾਣਦਾ ਤੇ ਫੱਲੋ ਦਾ ਉਹ ਕਹਿੰਦੇ ਗੋਪਾ ਨਾਲ ਖੜਾ ਹੋਇਆ ਉਹ ਬੱਲੇ ਲਵਦੀਪ ਪਿਛਲੇ ਮੇਲਿਆਂ ਦੇ ਬੈਸਟਾਂ ਦੇ ਬੈਸਟਾਂ ਨੈਟਮੈਨਾਂ ਦੀ ਨਜ਼ਰ ਮਾਰੀਏ ਤੇ ਇਹ ਖਿਡਾਰੀ ਸਭ ਤੋਂ ਵੱਧ ਬੈਸਟ ਨੈਟਮੈਨ ਰਹਿ ਕੇ ਉਹ ਕਦੇ ਕਈ ਮੇਲੇ ਜਿੱਤੇ ਆ ਸੈਂਟਰ ਦੇ ਵਿੱਚ ਵਧਾਈਆਂ ਪਿੰਡਾਂ ਭਾਊਆ ਉਹ ਬੱਲੇ ਸਰਬੂ ਨੇ ਨੰਬਰ ਜੋੜਤਾ ਮੁੰਡੇ ਲਹਿਰੇ ਖੰਡ ਵਾਲਾ ਸਰਬੂ ਨੰਬਰ ਜੋੜ ਗਿਆ ਕਿਆਰੇ ਖੇਡ ਰਿਹਾ ਸਿੱਧਾ ਕਿਆਰੀਆ ਵੀ ਐਡਕਾ ਲਾ ਕੇ ਖੇਡ ਰਿਹਾ ਉਹ ਮੁੰਡਾ ਕਹਿੰਦੇ ਲਵਦੀਪ ਆ ਗਿੱਲ ਪਰਿਵਾਰ ਦਾ ਤੇ ਜਿਹੜਾ ਤਗੜਾ ਮੈਚ ਆ ਬਈ ਸ਼ੇਅਰ ਕਰਿਓ ਸਾਰੇ ਭਰਾ ਇਹ ਕਹਿੰਦੇ ਚੰਦ ਬਾਦੇ ਵਾਲਾ ਕਿੰਨਾ ਦੁਨੀਆ ਦਾ ਬੜਾ ਟੌਪ ਦਾ ਵੱਡਾ ਵਾਲਾ ਉਹ ਕਹਿੰਦੇ ਵੱਡੇ ਚਰਚੇ ਹੁੰਦੇ ਆ ਉਹ ਬੱਲੇ ਮੁੰਡਿਓ ਕਿੰਨੇ ਦੇ ਕੋਈ ਪਿਛਰੀ ਵਾਲੀਆਂ ਕਿੱਦਾਂ ਵੀ ਕਹਿ ਦਿੱਤਾ ਸਰ ਵੀ ਫੇਰ ਗਲਤੀ ਕਰ ਗਿਆ ਵੱਡਾ ਬੋਲ ਵਾਲਾ ਉਹ ਕਹਿੰਦੇ ਵੱਡੇ ਚਰਚੇ ਆ ਜਿਹੜਾ ਮੁੰਡਾ ਹੁਣ ਸ਼ੇਅਰ ਕਰਿਓ ਸਾਰੇ ਭਰਾ ਬਈ ਬਹੁਤ ਬਹੁਤ ਧੰਨਵਾਦ ਸਾਰੇ ਵੀਰਾਂ ਦਾ ਫਰੀਦ ਦੇ ਵੱਡੇ ਖੇਡ ਵੇਲੇ ਦਾ ਇਹ ਆਪਣੇ ਘੱਟਿਆਂ ਵਾਲੀ ਪਿੰਡ ਦਾ ਪੰਮੂ ਢਿੱਲੋ ਪਰਿਵਾਰ ਦਾ ਚਿਰਾ ਗਿਆ ਉਹ ਕਹਿੰਦੇ ਵੱਡੇ ਬੰਦੇ ਚਰਚਿਆ ਨਾਲ ਕਣਕ ਵੱਡਾ ਜਾਂ ਰਾਂਗਾ ਰਾਜਦੀਪ ਦਾ ਤੇ ਗੋਰੇ ਚਿੱਟਿਆਂ ਦੇ ਅੱਜ ਕੱਲ੍ਹ ਇਹ ਖਿਡਾਰੀ ਦੀ ਕਿਵੇਂ ਨਜ਼ਰ ਹੁੰਦੀ ਆ ਅਤੇ ਕੱਲ੍ਹ ਟੂਰਨਾਮੈਂਟਾਂ ਦੇ ਇਹ ਕਿਵੇਂ ਮੁੰਡਾ ਬੈਸਟ ਆ ਉਹ ਬੈਸਟ ਡਿਫੈਂਸਰ ਰਹਿ ਕੇ ਮੁੰਡੇ ਨੇ ਵੱਡਾ ਮਾਣ ਪ੍ਰਾਪਤ ਕੀਤਾ ਧੂਲਕੋਟ ਦੇ ਕਰੀਓ ਕਰੀਓ ਛੇੜ ਸਾਰੇ ਭਰਾ ਭਾਈ ਮੈਚ ਬਹੁਤ ਤਕੜਾ ਉਹ ਬੱਲੇ ਲਵਦੀਪ ਆਊਟ ਬਾਲ ਲੱਭੇ ਨੇ ਬਾਲ ਲਾਤੀ ਮੁੰਡੇ ਲੱਭੇ ਨੇ ਬਾਲ ਤਕੜੀ ਲਾਤੀ ਤਕੜਾ ਮੈਚ ਸਾਰੇ ਭਰਾ ਸ਼ੇਅਰ ਕਰੀਓ ਬਾਈ ਟੌਪ ਦਾ ਮੈਚ ਹੈ ਵਾਲੀਬਾਲ ਸ਼ੂਟਿੰਗ ਆਲ ਇੰਡੀਆ ਅਤੇ ਸਾਰੇ ਭਰਾਵਾਂ ਦਾ ਸਵਾਗਤ ਹੈ ਜੀ ਬਹੁਤ ਬਹੁਤ ਧੰਨਵਾਦ ਕਰੀ ਆਓ ਸ਼ੇਅਰ ਇੱਧਰ ਬੰਗੀ ਵਾਲਾ ਉੱਧਰ ਲਵਦੀਪ ਤਕੜਾ ਮੈਚ ਪੂਰਾ ਚੰਦਬਾਜੇ ਵਾਲਾ ਕਿੰਦਾ ਨਾਲ ਰਿੰਕੂ ਵਧਾਈਆਂ ਵਾਲਾ ਬਾਈ ਉੱਧਰ ਉਹ ਬੱਲੇ ਮੰਨੂ ਆ ਝੋਟੇ ਵਾਲੀ ਵਾਲਾ ਬੱਲੋ ਵਾਲਾ ਦੇਸੀ ਜੱਟ ਟੌਪ ਦਾ ਮੈਚ ਹਰ ਅੱਜ ਦੇ ਦਿਨ ਦੇ ਇਸ ਵੱਡੇ ਖੇਡ ਮੇਲੇ ਦੇ ਲਈ ਹਰਪਣ ਹੋਣੀ ਆ ਭਰਾ ਸਾਡੇ ਅੱਜ ਦੇ ਦਿਨ ਦੇ ਇਸ ਵੱਡੇ ਖੇਡ ਮੇਲੇ ਨੂੰ ਬਹੁਤ ਵੱਡੀਆਂ ਮੁਬਾਰਕਾਂ ਭੇਜ ਰਹੇ ਆ
ਹਰਪਨ ਹੋੜੀ ਕਰੀਓ ਕਰੀਓ ਸ਼ੇਰ ਸਾਰੇ ਵੀ ਬਹੁਤ ਬਹੁਤ ਧੰਨਵਾਦ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਆ ਨਾਲ ਟੋਟੀਆਂ ਰਾਈਟ ਬਾਲ ਮੰਨੂ ਨੇ ਨੰਬਰ ਜੋੜਤਾ ਸੀ ਤੇ ਨਾਲ ਬੰਗੀ ਦਾ ਤਿੰਨ ਪੁਆਇੰਟ ਘਟਿਆ ਵਾਲੀ ਖੁਸ਼ੀ ਆ ਘਟਿਆ ਵਾਲੀ ਦਾ ਤਕੜਾ ਨੰਬਰ ਜੋੜ ਗਿਆ ਪ੍ਰਦੀਪ ਸ਼ਰਮਾ ਭਰਾ ਸਾਡਾ ਕੈਨੇਡਾ ਵਾਲਾ ਵੱਡਾ ਬਾਈ ਕਹਿੰਦਾ ਵੀ ਰਿੱਕੀ ਦੀਆਂ ਲਾਵੀ ਡੀਸੀ ਬਾਈ ਪੰਜ ਵਾਲਾ 7700 ਦੀ ਆ ਜੀ ਓ ਬੱਲੇ 7700 ਦੀ ਪੰਜ ਵਾਲਾ ਜਿਹੜੀ ਆ ਖੁਸ਼ਦੀਪ ਨੇ ਨੰਬਰ ਜੋੜਤਾ ਮੁੰਡੇ ਵੱਡੇ ਬਾਲ ਦੀ ਆ ਹੋੜ ਗਿਆ ਲਾਵੀ ਰਿੱਕੀ ਪੰਜ ਵਾਲਾ ਕਰਦੇ ਕ੍ਰਾਸ ਰੁਪਈਆ ਜਿਹੜਾ ਉਹ 7700 ਦੇ ਦੇਵਾਂਗੇ ਉਹ ਕੈਨੇਡਾ ਵਾਲਾ ਵੱਡਾ ਬਾਈ ਕਹਿੰਦਾ ਬਾਲ ਵੱਡੇ ਹੋਣਗੇ ਇਹਨਾਂ ਖੇਡਦੇ ਮੈਦਾਨਾਂ ਦੇ ਖਿਡਾਰੀਆਂ ਦੇ ਲਓ ਸਾਹਮਣੇ ਘੱਟਿਆ ਲਈ ਪਿੰਡਾਂ ਪੰਬੂ ਕਹਿੰਦੇ ਸਰਵਿਸ ਕਰ ਰਹੀ ਆ ਟੀਮ ਆਪਣੀ ਦੇ ਲਈ ਲਵਦੀਪ ਹੋੜੀ ਖੜਿਆ ਤੇ ਖੁਸ਼ੀ ਆ ਉਹ ਕਹਿੰਦੇ ਗੱਲਾਂ ਬਾਤਾਂ ਲਾਈ ਉਹਦੇ ਮੁੰਡੇ ਟਿਕਾਣੇ ਪਰ ਇੱਕ ਪਾਸੇ ਉਹ ਕਹਿੰਦੇ ਬੱਲੋ ਵਾਲਾ ਦੇਸੀ ਜੱਟ ਖੜਾ ਪਤਾ ਕੋਈ ਨੀ ਵੀ ਕਿਹੜੇ ਵੇਲੇ ਗੇਮ ਦਾ ਬਣ ਕੀ ਜਾਣਾ ਲਾਵੀ ਕਿੰਨੇ ਕਿੰਨੇ ਹੋ ਗਏ ਨੰਬਰ ਬਾਈ ਉਧਰ ਅੰਗਰੇਜ਼ ਸਿੰਘ ਜੀ ਸਾਡੇ ਐਸ ਐਚ ਓ ਸਾਹਿਬ ਸਿਟੀ ਥਾਣਾ ਜਲਾਲਾਬਾਦ ਵਾਲੇ ਐਨ ਕਹਿੰਦੇ ਵਾਲੀਬਾਲ ਦੇ ਨਾਲ ਬੋਡੇ ਨਾਲ ਬੋਡਾ ਜੋੜ ਕੇ ਬੈਠੇ ਆ ਤੇ ਵਾਲੀਬਾਲ ਖੇਡੀ ਦੀ ਆ ਉਹ ਜਿੰਨਾ ਚਿਰ ਖੇਡਿਆ ਬਾਈ ਹੋਣੀ ਤੇ ਵਾਲੀਬਾਲ ਵੀ ਬੋਡਿਆਂ ਤੇ ਚੜ ਕੇ ਨੱਚੀ ਆ ਗੰਬੋਜ ਸਾਹਿਬ ਜੀ ਅੱਜ ਉਹ ਕਹਿੰਦੇ ਕੰਬਾ 11 ਤੋਂ ਵਿਹਲੇ ਹੋ ਕੇ ਉਹ ਕਹਿੰਦੇ ਦਾ ਖੇਡ ਗਰਾਊਂਡਾਂ ਦੇ ਬਿਲਕੁਲ ਨੇੜੇ ਆ ਅੰਗਰੇਜ਼ ਸਿੰਘ ਜੀ ਸਾਡੇ ਬਹਾਦਰ ਸ਼ਖਸੀਅਤਾਂ ਨੇ ਬਹਾਦਰ ਕਰਕੇ ਉਹ ਪਿੰਡ ਵਾਲੇ ਬਹਾਦਰ ਕੇ ਪਿੰਡ ਵਾਲੇ ਆਏ ਹੋਏ ਆ ਦੀਪੇ ਦੇ ਪਿੰਡਾਂ ਦੀਆਂ ਗੱਲਾਂ ਬਾਤਾਂ ਨੇ ਉਹ ਕਹਿੰਦੇ ਪਿੰਡ ਦਾ ਮੇਲਾ ਅੱਜ ਉਹ ਕਹਿੰਦੇ ਭਰਾਵਾਂ ਦੇ ਪਿੰਡਾਂ ਦਾ ਮੇਲਾ ਵੱਡੇ ਚਰਚਿਆਂ ਦਾ ਖੇਡਦੇ ਗਰਾਊਂਡਾਂ ਦੇ ਵਿੱਚ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਇਹਨਾਂ ਗਰਾਊਂਡਾਂ ਨੂੰ ਇਹਨਾਂ ਰਿਓ ਕਰਿਓ ਜੇੜਦਾਰੇ ਭਰਾ ਬਈ ਬਹੁਤ ਬਹੁਤ ਧੰਨਵਾਦ ਸਾਰੇ ਭਰਾਵਾਂ ਦਾ ਬਨਾਰੀ ਦਾ ਪ੍ਰੀ ਕੁਆਟਰ ਲੱਗਣਾ ਜੀ ਹੁਣ ਕਾਲੀ ਹਾਲ ਦੀ ਟੀਮ ਦੇ ਨਾਲ ਬਹੁਤ ਤਕੜਾ ਮੈਚ ਵੇਖੋ ਵੀ ਸਾਗੇ ਕਿਹੜੇ ਗਰਾਊਂਡ 'ਚ ਹੋਊਗਾ ਉਹ ਬੱਲੇ ਬੱਲੋ ਵਾਲਾ ਲਾਵੀ ਤਿੰਨ ਨੰਬਰ ਗਰਾਊਂਡ ਤੇ ਕਿੰਗਰਾਂ ਦੇ ਭਾਜੀ ਕੇ ਬੈਟ ਚੱਲਿਆ ਕਿ ਨਹੀਂ ਦੱਸੋ ਵੀਰੇ ਤਿੰਨ ਨੰਬਰ ਗਰਾਊਂਡ ਤੇ ਹੱਥ ਖੜਾ ਕਰਕੇ ਦੱਸੋ ਵੀਰੇ ਨਹੀਂ ਚੱਲਿਆ ਹਾਲੇ ਬਾਈ ਰੈਫਰੀ ਆ ਗਿਆ ਕਿ ਨਹੀਂ ਬਾਈ ਜੇਤੂ ਟੀਮ ਦਾ ਬਨਿਹਾਰੀ ਦੀ ਟੀਮ ਦਾ ਰੈਫਰੀ ਹੈਗਾ ਇੱਥੇ ਦੱਸੋ ਵੇਖ ਕੇ ਵੀ ਬਣ ਕੇ ਮੋੜ ਦੇ ਯਾਰ
ਹੈਲੋ ਲੈ ਵੀ ਨੰਬਰ ਬਾਈ ਪੁੱਛ ਕੇ ਦੱਸਿਓ ਫਿਰ ਕਿੰਨੇ ਕਿੰਨੇ ਹੋ ਗਏ ਯਾਰ ਨੰਬਰ ਵੀ ਆਪਾਂ ਜਿਹੜੇ ਜ਼ਰੂਰ ਸਾਂਝੇ ਕਰੀਏ ਬਹੁਤ ਤਕੜਾ ਮੈਚ ਹਾਲੇ ਤੇ ਮੈਚ ਬਹੁਤ ਬਾਕੀ ਹੈ ਇਧਰਲੇ ਪਾਸੇ ਇੱਕ ਵੱਡੀ ਲੀਡ ਜਿਹੜੀ ਕਦੇ ਬਣਾ ਲਈ ਹੈ ਘੱਟਿਆਂ ਦੀ ਟੀਮ ਦੇ ਖਿਡਾਰੀਆਂ ਨੇ ਉਧਰਲੇ ਪਾਸੇ ਕਦੇ ਬੱਲੋ ਵਾਲਾ ਗੋਪਾ ਖੇਡਦਾ ਹੈ ਸੈਂਟਰ ਚ ਕਦੇ ਮੰਨੂ ਦਾ ਕਦੇ ਝੋਟੇ ਵਾਲੀ ਪਿੰਡ ਹੈ ਨਾਲ ਕਦੇ ਗੋਪੀ ਹੈ ਨੈਟ ਤੇ ਕਦੇ ਸਰਬੂ ਖੇਡਦਾ ਲਹਿਰੇ ਖਾਦੇ ਵਾਲਾ ਟੀਮ ਉਧਰਲੇ ਪਾਸੇ ਵੀ ਸਿਰੇ ਦੀ ਜਿਹੜੀ ਕਦੇ ਬਣੀ ਹੈ ਬਾਲਾ ਉਹ ਵੀ ਮੁੰਡੇ ਲਾਈ ਆਉਂਦੇ ਨੇ ਇਧਰਲੇ ਪਾਸੇ ਵੀ ਮੁੰਡੇ ਕਹਿੰਦੇ ਹੈਗਾ ਜੀ ਹੈਗਾ ਰਾਜੂ ਜੀ ਵਾਲੇ ਪੱਕੇ ਨੇ ਗੱਲਾਂ ਕਦੇ ਦੋਨਾਂ ਟੀਮਾਂ ਦੀਆਂ ਜਿਹੜੀਆਂ ਕਦੇ ਵੱਡੀਆਂ ਨੇ ਮੇਰੇ ਮਿੱਤਰੋ ਖੇਡਦੇ ਗਰਾਊਂਡ ਦੇ ਅੰਦਰ ਵੀ ਜੇ ਉਹ ਬੱਲੇ ਬੰਦੀ ਵਾਲਾ ਵੇੜੇ ਅਲੜੇ ਰੱਬ ਦੇ ਹੁੰਦੇ ਆ ਵੇੜੇ ਤੇੜੇ ਅਲੜੇ ਹਾਓ ਆਖਰੀ ਹੁੰਦੀ ਸੀ ਵੇਲਾ ਵੇਲਾ ਚੱਟ ਨੂੰ ਤੇ ਵੇਖ ਲੈ ਟਿੱਕਾਂ ਦੇ ਗੱਲ ਆ ਗਿਆ ਓ ਬੱਲੇ ਬੱਲੇ ਵਾਲਾ ਟੈਮ ਨੂੰ ਤੇ ਟਿੱਕੀ ਸੂਈ ਤੋਂ ਵੱਡੀ ਸੂਈ ਤੇ ਟੈਮ ਯਾਰਾਂ ਦਾ ਆ ਗਿਆ ਉਹ ਜਾ ਕੇ ਕਰ ਲਈ ਬੱਲੇ ਵਾਲਾ ਜਾ ਕੇ ਚੱਕ ਕੱਢ ਤੇ ਤੇ ਵੱਡੀ ਸੂਈ ਤੇ ਯਾਰਾਂ ਦਾ ਟੈਮ ਆ ਗਿਆ ਯਾਰ ਸ਼ੇਅਰ ਨਹੀਂ ਕਰਦੇ ਬਾਈ ਸ਼ੇਅਰ ਕਰਿਓ ਸਾਰੇ ਭਰਾ ਤਕੜਾ ਮੈਚ ਸਾਰੇ ਵੀਰਾਂ ਆਹ ਕਹਿੰਦੇ ਮੁੰਡੇ ਤਿਆਰ ਕਰ ਤਿਆਰ ਨੇ ਲੈ ਵੀ ਥੋੜਾ ਵੀਰ ਆਹ ਖੇਡਦੇ ਗਰਾਊਂਡ ਦੇ ਵੱਲ ਆਪਾਂ ਧਿਆਨ ਦੇਈਏ ਪਿੱਛੋਂ ਡਿਸਟਰਬ ਨਾ ਕਰੋ ਭਰਾ ਬਣ ਕੇ ਬੇਨਤੀ ਆ ਔਰ ਉਧਰ ਅੰਗਰੇਜ਼ ਸਿੰਘ ਜੀ ਸਾਡੇ ਆਹ ਬਹਾਦਰ ਕਹਿੰਦੇ ਇਹਨਾਂ ਖੇਡ ਗਰਾਊਂਡਾਂ ਦੇ ਲਈ ਖਿਡਾਰੀਆਂ ਨੇ ਵੱਡੇ ਮਾਣ ਕਰ ਰਿਹਾ ਹੈ ਔਰ ਦੋਲਾ ਦਾ ਵੀ ਬਹੁਤ ਵੱਡਾ ਮਾਣ ਕੀਤਾ ਹੈ ਤੈ ਦਿਲ ਤੋਂ ਵੱਡਾ ਧੰਨਵਾਦ ਹੈ ਜੀ ਬਾਈ ਪੰਜਾਲੀ ਦੀ ਟੀਮ ਦਾ ਬਾਈ ਰੈਫਰੀ ਆਓ ਜੀ ਤਿੰਨ ਨੰਬਰ ਗਰਾਊਂਡ 'ਚ ਚੁੱਕੇ ਤੇ ਚੋਟੀਆਂ ਦੀ ਟੀਮ ਇਹਨਾਂ ਟੀਮਾਂ ਦਾ ਮੈਚ ਹੈ ਤਿੰਨ ਨੰਬਰ ਗਰਾਊਂਡ 'ਚ ਸ਼ੁਰੂ ਕਰੋ ਜੀ ਪੰਜਾਲੀ ਦੀ ਟੀਮ ਦਾ ਇੱਕ ਰੈਫਰੀ ਆਓ ਸਾਈਡਾਂ ਚੇਂਜ ਆ ਜੀ ਘੱਟਿਆਂ ਵਾਲੀ ਵਾਲੇ ਮੁੰਡੇ ਲੀਡ ਤੇ ਤਿੰਨ ਨੰਬਰ ਗਰਾਊਂਡ 'ਚ ਆ ਵੀ ਮੈਚ ਜਿਹੜਾ ਆਪਾਂ ਸ਼ੁਰੂ ਕਰ ਦਈਏ ਮੇਰੀ ਬੇਨਤੀ ਹੈ ਵੀਰੇ 17 ਦੀ ਹੈ ਜੀ ਚੱਲਣ ਦੋ ਸ਼ੇਅਰ ਕਰੀ ਕਰੋ ਸਾਰੇ ਭਰਾ ਬਹੁਤ ਬਹੁਤ ਧੰਨਵਾਦ 8-2 ਵਾਰੀ 8 ਪੁਆਇੰਟ ਘੱਟਿਆ ਵਾਲੀ ਓ ਬੱਲੇ ਲਵਦੀਪ ਓ ਬੱਲੇ ਮੁੰਡਿਓ ਬੰਦੀ ਵਾਲਾ ਓ ਬੰਦੀ ਵਾਲਾ ਹਰ ਛੱਪੜਦਾ ਇਧਰੋਂ ਉਧਰੋਂ ਲਵਦੀਪ ਧੰਨਵਾਦ ਸਾਰੇ ਭਰਾਵਾਂ ਦਾ ਨੌ ਦੋ ਵਾਰੀ 9 ਪੁਆਇੰਟ ਟੱਕਿਆ ਵਾਲੀ ਸਾਡਾ ਤੇਜ 2 ਪੁਆਇੰਟ ਬੰਗੀ ਦੇ ਮੋਦੀ ਵਾਲੇ ਦਾ ਹੈਗਾ ਮੈਚ ਵੀਰੇ ਦੱਸਾਂਗੇ ਕਦੋਂ ਮੋਦੀ ਵਾਲੇ ਦਾ ਮੈਚ ਹੈਗਾ ਵੱਡੇ ਪਾਰ ਕਰ ਰਿਹਾ ਦਰਸ਼ਕ ਵੀਰ ਇਹ ਕਿਹੜੇ ਗਿੱਲ ਪਰਿਵਾਰ ਦਾ ਵੱਡਾ ਵੱਲਾ 2.5 ਲੱਖ ਰੁਪਿਆ ਉਹ ਕਹਿੰਦੇ ਵੱਡੇ ਚਰਚੇ ਆ ਇਹਨਾਂ ਖੇਡ ਦੇ ਗਰਾਊਂਡਾਂ ਦੇ ਵਿੱਚ ਖੇਡ ਦੇ ਖਿਡਾਰੀਆਂ ਦੇ ਸਾਹਮਣੇ ਵਾਕਈ ਕਦੇ ਦੁਬਈ ਦਾ ਟੂਰ ਜਿੱਤਿਆ ਮੁੰਡੇ ਨੇ ਤੇ ਗੱਲਾਂ ਬਾਤਾਂ ਕਦੇ ਲਗਾਈਆਂ ਮੁੰਡੇ ਨੇ ਟਿਕਾਣੇ ਲੈ ਵੀ 3 ਨੰਬਰ ਗਰਾਊਂਡ ਦਾ ਵੀ ਮੈਚ ਜਿਹੜਾ ਚਲਾਈ ਆਪਾਂ ਚੁੱਕੇ ਤੇ ਚੋਟੀਆਂ ਭਾਊ ਦੀ ਟੀਮ ਆ ਵੀ ਮੈਚ ਜਿਹੜਾ ਸ਼ੁਰੂ ਕਰ ਦਈਏ ਤੇ ਮੇਰੀ ਬੇਨਤੀ ਹੈ ਬਹੁਤ ਸੋਹਣਾ ਮੈਚ ਹੈ ਇਧਰਲੇ ਪਾਸੇ ਭਾਈ ਲਾਸਟ 1 ਮਿੰਟ ਦੀ ਗੱਲ ਹੈ ਦੋਨਾਂ ਟੀਮਾਂ ਨੂੰ ਪਨਿਆਰੀ ਸਾਲੂ ਦੀ ਟੀਮ ਦਾ ਭਾਈ ਰੈਫਰੀ ਆਓ ਜੀ 3 ਨੰਬਰ ਗਰਾਊਂਡ 'ਚ
ਨਿਹਾਲੀ ਸਾਲੂ ਦੀ ਟੀਮ ਦਾ ਬਾਈ ਰੈਫਰੀ ਆਓ ਜੀ 3 ਨੰਬਰ ਗਰਾਊਂਡ 'ਚ। ਹਾਂ ਹਾਂ ਡਾਕਟਰ ਜੀ, ਗਰਾਊਂਡ 'ਚ ਨੇ ਫੇਟਾ ਮੁੰਡੇ ਉਧਰ ਬੰਗੀ ਵਾਲੇ ਵੀ ਮੰਨੂ ਕਹਿੰਦੇ ਝੋਟੇ ਵਾਲੀ ਪਿੰਡ ਦਾ ਤੇ ਉਧਰਲੇ ਪਾਸੇ 1 ਨੰਬਰ ਗਰਾਊਂਡ ਦਾ ਵੀ ਮੈਚ ਜਿਹੜਾ ਕਿਤੇ ਖੇਡਿਆ ਜਾ ਰਿਹਾ ਖੇਡ ਗਰਾਊਂਡ ਦੇ ਅੰਦਰ। ਇਸ ਤੋਂ ਉੱਪਰਲੇ ਮੈਚ ਦੀਆਂ ਟੀਮਾਂ 1 ਨੰਬਰ ਗਰਾਊਂਡ 'ਚ ਵੇਜੋ ਬੋਲ ਦਿਓ ਜੀ ਕਿਹੜੀਆਂ ਟੀਮਾਂ ਦਾ ਮੈਚ ਸ਼ੇਅਰ ਕਰੀ ਚੱਲੋ ਮੇਰੇ ਵੀਰ ਸਾਰੇ ਭਰਾ। ਉਧਰ 2 ਪੁਆਇੰਟ ਆ ਜੀ, ਇਧਰ 9 ਪੁਆਇੰਟ ਆ। ਪ੍ਰਬੰਧਕ ਵੀਰ ਆਓ ਇੱਕ ਦੱਸੋ ਭਰਾ ਬਣ ਕੇ ਬਾਅਦ ਚ ਵੀਰ ਸਾਡੇ ਇਤਰਾਜ ਕਰਦੇ ਪਏ ਨੇ, ਦੱਸੋ ਵੀਰ ਬਣ ਕੇ ਜਿਹੜਾ ਮੈਚ ਕਰਾਉਣਾ ਜਿੱਥੇ ਆਪਾਂ ਉੱਥੇ ਕਰਾ ਦੇਵਾਂਗੇ ਜਿੱਥੇ ਤੁਸੀਂ ਕਹੋਗੇ। ਹੈਲੋ ਲੈ ਬਾਈ ਪਨਿਆਰੀ ਦੀ ਟੀਮ ਇੱਕ ਖਿਡਾਰੀ ਭੇਜੋ ਜੀ, ਮੈਚ ਚਲਾਈਏ ਜੀ ਆਪਾਂ। ਆ ਗਿਆ ਰਫਰੀ ਬਾਈ, ਵਿੱਕੀ ਖਰਾਬ ਹੈ ਯਾਰ, ਚੋਟੀਆਂ ਪਾਊ ਤੇ ਚੁੱਕੇ ਚਲਾਓ ਜੀ ਮੈਚ, ਚੋਟੀਆਂ ਪਾਊ ਤੇ ਚੁੱਕੇ ਤਿੰਨ ਚਾਹੀ 1 ਨੰਬਰ ਗਰਾਊਂਡ ਦੇ ਨੇੜੇ ਪੜਿਆਲੀ ਤੇ ਕਾਲੀਆ ਦਾ ਨਵੇਂ ਪੁਆਇੰਟ ਪੁੱਛੀ ਉਧਰ ਕਿਤੇ ਕਿਤੇ ਜਾ ਕੇ। ਹੈਲੋ ਹਾਂਜੀ ਹਾਂਜੀ ਡਾਕਟਰ ਸੰਦੀਪ, ਹਿੰਟ ਕਰਦੇ ਆ ਮੁੰਡੇ ਪੰਮੂ ਆਲ ਇੰਡੀਆ ਵਾਲਾ ਬੜਿਆਰੀ ਤੇ ਕਾਲੀ ਵਾਲਾ, ਇਹ ਸ਼ੇਅਰ ਕਰਿਓ ਡਾਕਟਰ ਸੰਦੀਪ, ਬਹੁਤ ਬਹੁਤ ਧੰਨਵਾਦ। ਮੇਰੇ ਸਾਰੀਆਂ ਟੀਮਾਂ ਦੇ ਬਾਲ ਪੱਲੋ ਵਾਲੇ ਤੇ ਨਹੀਂ ਖੇਡੇ ਜਾਣਗੇ, 90 ਨੇ ਬਾਲ ਲਾਤੀ ਮੁੰਡਿਓ। ਬੜਿਆਰੀ ਤੇ ਕਾਲੀ ਵਾਲਾ ਇਹ ਦੋਵਾਂ ਟੀਮਾਂ ਦੇ ਪੁੱਤਰ ਜਿਹੜੇ ਗਰਾਊਂਡ ਨੰਬਰ 1 ਦੇ ਨੇੜੇ ਰਹਿ ਗਏ ਸਨ, ਇਹਨਾਂ ਨੂੰ ਬੇਨਤੀ ਹੈ ਜੀ ਨਵਦੀਪ ਨੇ ਨੰਬਰ 1 ਹੋਰ ਜੋੜਤਾ ਬਾਈ, ਦੋ ਗਿਆਰਾਂ ਜੀ, ਦੋ ਉਧਰ ਗਿਆਰਾਂ ਇੱਧਰ। ਖੁਸ਼ੀ ਆ ਘਟਿਆਲੀ ਵਾਲਾ ਤਗੜਾ ਨੰਬਰ ਜੋੜ ਗਿਆ ਬਾਈ, ਖੁਸ਼ੀ ਘਟਿਆਲੀ ਟੌਪ ਦੀ ਸਮੈਸ਼ ਲਾ ਗਿਆ ਵਾਲਾ ਭੈੜਾ ਜਿਹੜਾ ਇਹਦੇ ਝਾਫੇ ਚ ਆ ਗਿਆ ਉਹਤੇ ਸਮਝ ਦੋ ਬਾਜਿਆ ਗਿਆ। ਆਹ ਬੱਲੇ ਬੱਲੇ ਹੋ ਰਹੀ ਆ ਵੀ ਲੱਕ ਦੀ ਜਵਾਨੀ ਚੰਗੀ ਆ, ਆਹ ਹੱਸਦੀ ਤੇ ਖੇਡਦੀ ਆ, ਜੱਜ ਦਾ ਬੜਾਪਾ ਜੇ ਸਿਆਣੀ ਗੱਲ ਕਰੇ ਤਾਂ ਇੱਜਤ ਕਵਾਰੀ ਜਿਹੜੀ ਡਰ ਰੱਖੇ ਮਾਪਿਆਂ ਦਾ, ਆਹ ਸੂਰਮੇ ਦੀ ਸੋਭਾ ਨੇ ਬਗਾਡੇ ਜੰਗ ਲੜੇ ਤਾਂ ਜੱਜਕੇ ਦੇ ਮੈਦਾਨ ਦੇ ਵਿੱਚ ਲੜੀ ਜਾ ਰਹੀ ਆ। ਔਰ ਕਿਹੜੀ ਟੀਮ ਨੇ ਜਿੱਤਣੀ ਆ ਸੂਰਜ, ਇੱਥੇ ਗੱਲਬਾਤ ਜਿਹੜੀ ਆ ਸਮੇਂ ਤੇ ਵਕਤ ਦੀ ਆ, ਆਓ ਸਮੇਂ ਦੇ ਜਿਹੜੇ ਫੈਸਲੇ ਕਰਦੇ ਆ ਵੀ ਜਿੱਤ ਕੇ ਕਿਹੜੀ ਟੀਮ ਜਾਂਦੀ ਆ ਤੇ ਕਿਹੜੀ ਟੀਮ ਇੱਥੋਂ ਸੱਕ ਕੇ ਜਾਂਦੀ ਆ ਅਗਲੀ ਸਰਵਿਸ ਕਰਨ ਦੇ ਲਈ। ਮੁੰਡੇ ਜਿਹੜੇ ਕਿਤੇ ਤਿਆਰ ਪਰ ਤਿਆਰ ਦੇ, ਇੱਕ ਪਾਸੇ ਟੀਮ ਕਿਤੇ
ਬੰਗੀ ਕਦੇ ਗੋਪੀ ਦੀ ਟੀਮ ਖੇਡਦੀ ਹੈ, ਦੂਜੇ ਪਾਸੇ ਕਦੇ ਜ਼ਿਲ੍ਹੇ ਫਾਜ਼ਿਲਕੇ ਦਾ ਕਦੇ ਘੱਟਿਆਂ ਵਾਲੀ ਪਿੰਡ ਬੜਾ ਮਸ਼ਹੂਰ ਪਿੰਡ ਹੈ, ਗੋਪੇ ਵਰਗੇ ਬਹੁਤ ਤਗੜਾ ਖੇਡਦੇ ਆ ਤੇ ਚਰਚੇ ਜਿਹੜੇ ਕਦੇ ਹੋਏ ਨੇ ਉਹ ਸਾਹਮਣੇ ਨੈੱਟ ਤੇ ਖੁਸ਼ੀ ਆ ਮੁੰਡਾ ਕੋਕਰੀ ਪੁੱਟਣਾ ਦੇ ਵੱਡੇ ਖੇਡ ਮੇਲੇ ਤੋਂ ਮੁੰਡੇ ਨੇ ਕਦੇ ਮੋਟਰਸਾਈਕਲ ਜਿੱਤਿਆ ਕਦੇ ਆਲ ਵਾਲੀ ਧਰਤੀ ਦੇ ਮੁੰਡੇ ਨੇ ਨੀਲਾ ਫਿੱਟ ਹੋਇਆ ਫਿਰਦਾ ਹੋਣਾ ਵੇਖ ਕੋਲ ਬਿਲਕੁਲ ਤਿੰਨ ਗਿਆਰਾਂ ਹੋ ਗਏ ਬਾਈ ਤਿੰਨ ਪੁਆਇੰਟ ਪੰਗੀ ਦੇ ਗਿਆਰਾਂ ਪੁਆਇੰਟ ਆ ਕੱਚਾ ਜਿਹੜੇ ਹੋਰ ਇਹ ਮੁੰਡੇ ਨੇ ਔਰ ਕਹਿੰਦੇ ਨੰਬਰ ਜਿਹੜੇ ਸੱਤ ਅੱਠ ਲਗਾਤਾਰ ਟੀਮ ਆਪਣੀ ਲਈ ਜੋੜਿਆ ਔਰ ਸੈਬੀ ਜੋ ਬੈਸਟ ਨਿਕਲਿਆ ਵੱਡੇ ਰਿਕਾਰਡ ਖਿਡਾਰੀ ਦੇ ਬੋਲਦੇ ਆ ਚਰਚੇ ਕਦੇ ਵੱਡੇ ਨੇ ਖਿਡਾਰੀਆਂ ਦੀ ਖੇਡਦੇ ਪੰਪੂ ਵਰਗੇ ਬਰਾੜੀ ਵਰਗੇ ਦੋ ਕਦੇ ਵੱਡੇ ਕਦੇ ਡਿਫੈਂਸਰ ਨੇ ਨੈੱਟ ਤੇ ਖੁਸ਼ੀ ਮੁੰਡਾ ਕਹਿੰਦੇ ਬਰਾੜਾ ਦਾ ਚਰਚੇ ਨੇ ਮੁੰਡੇ ਦੀ ਖੇਡਦੇ ਮੇਰੇ ਮਿੱਤਰੋ ਪੀਸੀ ਪੰਤ ਬਰਾੜਾ ਦਾ ਜਿਹਦਾ ਪਿੰਡ ਸੀ ਬਾਜਾ ਖਾਨਾ ਡਾਗੋ ਕਹਿ ਗਿਆ ਕਾਲੇ ਨੂੰ ਅੱਜ ਵੀ ਕੋਈ ਛੱਡਣਾ ਜਵਾਨਾ ਟੀਮ ਬੜੀ ਤਗੜੀ ਫੜ ਕੇ ਆਈ ਅੱਜ ਤੇ ਉਹ ਬੰਗੀ ਵਾਲੇ ਨੇ ਕੱਲਾ ਕੱਲਾ ਪਲੇਅਰ ਜਿਹੜਾ ਕਹਿੰਦੇ ਵੱਡਾ ਮੰਨ ਲਈ ਸੱਦਿਆ ਸਾਰੀ ਅੱਜ ਤੇ ਉਹ ਕਹਿੰਦੇ ਵਰਦੀਆਂ ਲੱਟ ਰਹੇ ਅੱਜ ਤੇ ਕੱਲੇ ਕੱਲੇ ਖਿਡਾਰੀ ਦੇ ਬਾਹਰ ਵੱਡੇ ਕੀਤੇ ਜਾਣੇ ਆ ਚੰਗ ਜਮਾਲਗੜ੍ਹ ਦਾ ਵੱਡਾ ਖੇਡ ਮੇਲਾ ਖੇਡਿਆ ਜਾ ਰਿਹਾ ਔਰ ਚਰਚੇ ਵੱਡੇ ਆ ਲਓ ਸਾਹਮਣੇ ਖੇਡ ਦੇ ਮੈਦਾਨ 'ਚ ਦੋਵਾਂ ਟੀਮਾਂ ਦਾ ਜ਼ੋਰ ਕਹਿੰਦੇ ਲੱਗਿਆ ਹੋਇਆ ਲਓ ਸਾਹਮਣੇ ਜ਼ੋਰ ਕਹਿੰਦੇ ਪੂਰਾ ਲੱਗਿਆ ਬਾਈ ਤਿੰਨ ਕੇ ਮੈਚ ਚੱਲ ਗਿਆ ਜੀ ਵਿਰਾਟ ਬਾਈ ਜੀ ਕੀ ਹਾਲ ਆ ਜੀ ਉਧਰ ਟੀਮ ਬੰਗੀ ਦੀ ਇਧਰ ਟੀਮ ਘੱਟਿਆਂ ਵਾਲੀ ਉਧਰ ਬੰਗੀ ਗੋਪੀ ਟੀਮ ਨਾਲ ਗੋਪਾ ਵੱਲੋਂ ਸੈਂਟਰ ਤੇ ਮੰਨੂ ਝੋਟਿਆਂ ਵਾਲੀ ਸੱਤ ਬਾਰਾਂ ਹੋ ਗਏ ਬਾਈ ਸੱਤ ਪੁਆਇੰਟ ਬੰਗੀ ਦੇ ਬਾਰਾਂ ਪੁਆਇੰਟ ਘੱਟਿਆਂ ਵਾਲੀ ਸੱਤ ਬਾਰਾਂ ਵਿੱਕੀ ਬਰਾੜ ਬਾਈ ਬਹੁਤ ਬਹੁਤ ਧੰਨਵਾਦ ਸ਼ੇਅਰ ਕਰਿਓ ਓ ਬੱਲੇ ਲਵਦੀਪ ਨੇ ਨੰਬਰ ਜੋੜਤਾ ਦੁਨੀਆ ਲਓ ਸਾਹਮਣੇ ਇਹ ਵੀ ਇੱਕ
ਲੰਬੀ ਪਾਰੀ ਦਾ ਘੋੜਾ ਆਪਾਂ ਕਹਿ ਲਈਏ ਤੇ ਗੱਲਾਂ ਕੋਈ ਦੂਰ ਆ, ਇਹ ਵੀ ਕਹਿੰਦੇ ਵੱਡੇ ਵੱਡੇ ਖੇਡ ਮੇਲਿਆਂ 'ਚ ਵੱਡੇ ਵੱਡੇ ਰਿਕਾਰਡ ਡਾਕਟਰ ਵਾਲੇ ਗੋਪੇ ਨੇ ਸੈੱਟ ਕੀਤੇ ਆ ਵੀ ਜਿੱਥੋਂ ਤੱਕ ਜਾ ਕੇ ਲੋਕੀ ਬਿੱਲਾ ਤੰਦੂਰ ਦੇ ਨੇੜੇ ਆ ਗਿਆ ਮੁੰਡੇ ਉਧਰ ਨੌ ਇਧਰ ਬਾਰਾਂ ਓਕੇ ਓਕੇ ਡਾਕਟਰ ਕੋਈ ਨਾ ਗੱਲਾਂ ਟਿਕਾਣੇ ਲੱਗ ਗਈਆਂ ਮੁੰਡਿਓ ਆਊਟ ਬਾਲ 12-12 12-12 ਹੋ ਗਏ ਮੁੰਡਿਓ 12-12 ਹੋ ਗਏ 12 point ਬੰਗੀ ਦੇ ਗਲਤੀ ਕਰ ਗਿਆ ਗੋਪੀ 12-12 ਬਰਾਬਰ ਆ ਬਾਈ ਟੌਪ ਦਾ ਮੈਚ ਮੁੰਡਿਓ 12 point ਘੱਟਿਆ ਵਾਲੀ 12 point ਪੱਗੀ ਦੇ ਸਿਰੇ ਦਾ ਮੈਚ ਠੀਕ ਆ ਡਾਕਟਰ ਓ ਬੱਲੇ ਮੈਨੂੰ ਉਧਰ ਮਨੂ ਝੋਟੇ ਵਾਲੀ ਲਗਾਤਾਰ ਹੀ ਬਾਲਾਂ ਮਾਰੀ ਆਉਂਦਾ ਮੁੰਡਾ ਉਧਰੋਂ ਨਾਲ ਗੋਪਾ ਬੱਲੋ ਨਾਲ ਬੰਗੀ ਵਾਲਾ ਗੋਪੀ 12-12 ਬਰਾਬਰ ਸਕੋਰ ਆ ਬਾਈ ਐਂਡ ਬਰਾਬਰੀ ਦੇ ਮੈਚ 12-12 ਬਰਾਬਰ ਪੁਆਇੰਟ ਆ ਜੀ 12 ਘੱਟਿਆ ਵਾਲੀ 12 ਹੀ ਬੰਗੀ ਦੇ ਉਹ ਬੱਲੇ ਮਨੂ ਬੰਦੇ
ਰਾਵੀ ਭਾਈ ਕਿੰਨੇ ਕਿੰਨੇ ਹੋ ਗਏ ਨੰਬਰ? ਨੰਬਰ ਆਪਾਂ ਜ਼ਰੂਰ ਸਾਡੇ ਕਰੇ ਤੇਰਾਂ ਬਾਰਾਂ ਹੋ ਗਏ, ਤੇਰਾਂ ਬਾਰਾਂ ਹੋ ਗਏ ਬਾਈ, ਤੇਰਾਂ ਪੁਆਇੰਟ ਘੱਟਿਆ ਵਾਲੀ, ਬਾਰਾਂ ਪੁਆਇੰਟ ਬੰਗੀ ਦੇ ਤੇਰਾਂ ਬਾਰਾਂ ਬਾਈ, ਤੇਰਾਂ ਪੁਆਇੰਟ ਘੱਟਿਆ ਨੀ, ਚੌਦਾਂ ਹੋ ਗਏ, ਚੌਦਾਂ ਬਾਰਾਂ, ਚੌਦਾਂ ਘੱਟਿਆ ਨੀ, ਚੌਦਾਂ ਨਹੀਂ ਸਤਾਰਾਂ ਦੇ, ਚੌਦਾਂ ਪੁਆਇੰਟ ਘੱਟਿਆ ਨੀ, ਬਾਰਾਂ ਪੁਆਇੰਟ ਬੰਗੀ ਦੇ ਬਾਈ, ਤਕੜਾ ਮੈਚ ਓਏ ਆਊਟ। ਓ ਬੱਲੇ ਪੰਮੂ, ਓ ਬੱਲੇ ਪੰਮੂ, ਹੈਂਡ ਬੋਲ ਕੇ ਪੰਮੂ ਦੀ ਬਹੁਤ ਆ। ਓ ਬੱਲੇ ਬੰਗੀ ਵਾਲਾ ਆਇਆ ਜੀ, ਆਇਆ ਰਜਿੰਦਰਾ ਜੀ, ਸ਼ਾਲੂ ਆਇਆ ਜੀ, ਸ਼ਾਲੂ ਦਾ ਮੈਚ ਦੱਸਾਂਗੇ, ਹੈਗਾ ਸ਼ਾਲੂ ਦਾ ਮੈਚ ਵੀਰੇ, ਬਾਰਾਂ ਚੌਦਾਂ ਜੀ, ਬਾਰਾਂ ਪੁਆਇੰਟ ਬੰਗੀ ਦੇ, ਚੌਦਾਂ ਪੁਆਇੰਟ ਘੱਟਿਆ ਵਾਲੀ, ਤਕੜਾ ਮੈਚ ਆ ਪੂਰਾ, ਸ਼ੇਅਰ ਕਰ ਦਿਆ ਕਰੋ ਸਾਰੇ ਭਰਾ ਬਾਈ, ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਸ਼ੁਕਰੀਆ ਸਾਰੇ ਭਰਾਵਾਂ ਦਾ। ਰੈਫਰੀ ਓ ਬੱਲੇ, ਰੈਫਰੀ ਰਿੰਕੂ ਆ ਵੀਰੇ, ਮੱਲੇ ਵਾਲੀ ਆ ਰਿੰਕੂ, ਮੱਲੇ ਵਾਲਾ ਰੈਫਰੀ ਆ ਡਾਕਟਰ। ਡਾਕਟਰ ਲਾਈਵ ਸੈੱਟ ਆਪਣਾ ਲਾਈਵ ਦੱਸੀ ਮਾੜਾ ਜਿਹਾ। ਓ ਬੱਲੇ ਬੱਲੇ ਵਾਲਾ ਰਾਈਟ ਬਾਰ, ਓ ਤੇਰਾਂ ਚੌਦਾਂ ਹੋ ਗਏ ਮੁੰਡਿਓ, ਤੇਰਾਂ ਚੌਦਾਂ, ਤੇਰਾਂ ਚੌਦਾਂ, ਬੱਲੇ ਬੱਲੇ ਹੋਈ ਜਾਂਦੀ ਮੁੰਡਿਓ, ਓ ਤੇਰਾਂ ਚੌਦਾਂ ਹੋ ਗਏ ਬਾਈ, ਮਿਲ ਪੂਰਾ। ਓਕੇ ਓਕੇ ਡਾਕਟਰ, ਬਹੁਤ ਬਹੁਤ ਧੰਨਵਾਦ, ਸਾਰੇ ਭਰਾਵਾਂ ਦਾ ਸ਼ੇਅਰ ਕਰਿਆ ਕਰੋ ਬਾਈ, ਸਾਰੇ ਵੀਰ ਬਹੁਤ ਬਹੁਤ ਸ਼ੁਕਰੀਆ, ਜ਼ਰੂਰ ਸਾਰੇ ਭਰਾ ਸਪੋਰਟ ਕਰਿਆ ਕਰੋ ਬਾਈ। ਉੱਧਰ ਤੇਰਾਂ, ਇੱਧਰ ਚੌਦਾਂ, ਓ ਬੱਲੇ ਬੱਲੇ ਵਾਲਾ, ਗਲਤੀ ਕਰ ਗਿਆ ਸਰ ਜੀ, ਆਊਟ ਬਾਰ।
ਨਾਲ ਗੋਪੀ ਗਲਤੀ ਕਰ ਗਿਆ ਬੰਗੀ ਵਾਲਾ ਨੰਬਰ 15 ਜੁੜ ਗਿਆ ਦੂਜੇ ਪਾਸੇ ਟੀਮ ਅਲੀ ਕਿਆਲੀ ਆ ਉਹ ਸੱਤੇ ਦੇ ਪਿੰਡਾਂ ਦੀ ਕਿਹਦੇ ਬੜੀ ਟੌਪ ਦੀ ਟੀਮ ਬਣ ਕੇ ਆਈ ਆ ਇੱਕ ਨੰਬਰ ਗਰਾਊਂਡ ਤੇ ਉਹ ਜੋੜ ਕੇ ਦੋਵੇਂ ਟੀਮਾਂ ਦੇ ਖਿਡਾਰੀਆਂ ਦਾ ਮਿੱਤਰੋ ਪੂਰਾ ਲੱਗਿਆ ਹੋਇਆ ਚਰਚੇ ਜਿਹੜੇ ਉਹ ਵੱਡੇ ਆ ਮੇਰੇ ਮਿੱਤਰੋ ਦੋਵਾਂ ਟੀਮਾਂ ਦੇ ਖਿਡਾਰੀਆਂ ਦੇ 15-13 ਬਾਈ ਇੱਧਰ 15 ਘਟਾਲੀ 13 ਪੁਆਇੰਟ ਬੰਗੀ ਦੇ ਗੱਡੀ ਦੇਖਦਾ ਗੱਡੀ ਪਟਾਕੇ ਪੈ ਰਹੇ ਆ ਕਾਕੇ ਖੇ ਰਹੇ ਆ ਵੀ ਲੱਗ ਦੀ ਜਵਾਨੀ ਚੰਗੀ ਹੱਸਦੀ ਤੇ ਖੇਡਦੀ ਆ ਉਹ ਜੱਜ ਦਾ ਬੜਾਪਾ ਨੇ ਸਿਆਣੀ ਗੱਲ ਕਰੇ ਤਾਂ ਵਿੱਚ ਤਾਂ ਗਵਾਰੀ ਜਿਹੜੀ ਡਰ ਰੱਖੇ ਮਾਪਿਆਂ ਦਾ ਤੇ ਸੂਰਮੇ ਦੀ ਸੋਭਾ ਨੇ ਵਜਾਉਂਦੇ ਜੱਗ ਲੜੇ ਤਾਂ ਉਹ ਜੱਗ ਦੇ ਮੈਦਾਨ ਦੇ ਵਿੱਚ ਲੜੀ ਜਾ ਰਹੀ ਹੈ ਲਓ ਸਾਹਮਣੇ ਜੱਗ ਜਿਹੜੀ ਕਿਤੇ ਲੜੀ ਜਾ ਰਹੀ ਹੈ ਇਧਰਲੇ ਪਾਸੇ ਕਦੇ ਬਿਲਕੁਲ ਬਰਾਬਰੀ ਦੇ ਮੈਚ ਜਿਹੜਾ ਕਦੇ ਖੇਡਿਆ ਜਾ ਰਿਹਾ ਹੈ ਦੋਨਾਂ ਟੀਮਾਂ ਦੇ ਦਰਮਿਆਨ ਮੇਰੇ ਮਿੱਤਰੋ ਵੀ ਇੱਕੋ ਰਸੇ ਬੰਦੀਆਂ ਨਾ ਜਾਣ ਜਾ ਰਹੀਆਂ ਕਈ ਵਾਰੀ ਆਪਣੇ ਵੀ ਕਰ ਜਾਣ ਵਾਲੀਆਂ ਦਿਨ ਵੇਲੇ ਵੀਰਾ ਵੀਰਾ ਰਾਤੋ ਰਾਤ ਹੁੰਦੇ ਨਾ ਮਾਹੌਲ ਜੇਜ ਵੀ ਤੇ ਧੱਕੇ ਖਾ ਕੇ ਪਤਾ ਲੱਗੇ ਦੁਨੀਆਦਾਰੀ ਦਾ ਉਹ ਬੱਲੇ ਬੱਲੋ ਵਾਲਾ ਗਲਤੀ ਕਰ ਗਿਆ ਇਕਬਾਲ ਸਿੱਧੂ ਬਰਾੜ ਬਾਈ ਪੁਆਇੰਟ ਆ ਜੀ 16-13 ਗੇਮ ਪੁਆਇੰਟ ਆ ਗਿਆ ਖੇਡ ਦਾ ਗੇਮ ਪੁਆਇੰਟ ਆ ਗਿਆ ਜੀ ਘਟਿਆਲੀ ਦਾ ਇਕਬਾਲ ਬਾਈ ਨੰਬਰ ਲਾਸਟ ਘਟਿਆਲੀ ਦਾ ਉੱਧਰ 13 ਪੁਆਇੰਟ ਆ ਜੀ ਹਰਮਨ ਸਿੱਧੂ ਜੀ 16-13 ਜੀ 16 ਘਟਿਆਲੀ 13 ਪੁਆਇੰਟ ਉਧਰ ਬੰਗੀ ਦੇ ਤਕੜਾ ਮੈਚ ਨੰਬਰ ਜੋੜਦਾ ਹੈ ਹਰੇਕ ਨੰਬਰ ਦਾ ਜਿਹੜਾ ਵੱਡਾ ਜਿਹੜਾ ਮਾਣ ਪਿਆਰ ਜਿਹੜਾ ਕੀਤਾ ਜਾਣਾ ਹੈ ਗੱਲਾਂ ਬਾਤਾਂ ਕਿਤੇ ਹੋਣ ਗਿਆ ਉਹ ਬੱਲੇ ਸਾਡੇ ਕਿਤੇ ਪਿੰਡੀ ਗੋਪਾ ਗਲਤੀ ਕਰ ਗਿਆ ਲਓ ਜੀ ਮੈਚ ਮਾਪਾ ਘਟਿਆਲੀ ਦੇ ਟੀਮ ਜਿੱਤ ਗਈ ਜੀ ਤਕੜਾ ਖੇਡੇ ਮੁੰਡੇ ਬੰਗੀ ਵਾਲੇ ਘਟਿਆਲੀ ਵਾਲੇ ਜਿੱਤ ਗਏ ਜੀ।